ਮੈਂ ਪਹਿਲਾਂ ਓਪਨ ਕਰਾਇਆ ਸੀਗਾ 2015 'ਚ, ਤਾਂ ਉਹ ਮੇਰਾ ਸਕਸੈਸਫੁਲ ਨਹੀਂ ਰਿਹਾ ਸੀਗਾ, ਅਤੇ ਤਕਲੀਫ ਵੱਧਦੀ ਗਈ ਵੱਧਦੀ ਗਈ, ਤਾਂ ਮੈਨੂੰ ਓਪਨ ਤੋਂ ਡਰ ਲੱਗਿਆ ਕਿ ਮੈਨੂੰ ਪਤਾ ਵੀ ਲੱਗਿਆ ਮੇਰਾ ਓਪਰੇਸ਼ਨ ਹੋਇਆ, ਤਾਂ ਬੇਹੋਸ਼ ਹੋ ਗਈ ਸੀਗੀ ਮੈਂ। ਓਪਰੇਸ਼ਨ ਤਾਂ ਬਹੁਤ ਅੱਛਾ ਕੀਤਾ ਡਾਕਟਰ ਸਾਹਿਬ ਨੇ। ਮੈਂ ਸ਼੍ਰੀਮਤੀ ਕਾਂਤਾ ਬਖਸ਼ੀ ਜ਼ੂਆ ਘੋਗਰਾ ਪਿੰਡ ਤੋਂ ਆਈ ਹਾਂ, ਅਤੇ ਮੈਂ ਡਾਕਟਰ ਸਾਹਿਬ ਦਾ ਯੂਟਿਊਬ 'ਤੇ ਸੁਣਿਆ ਸੀ ਕਿ ਬਹੁਤ ਅੱਛੇ ਲਿਪ ਸੁ ਕੇ ਕਰ ਲੈਂਦੇ ਓਪਰੇਸ਼ਨ। ਮੈਂ ਪਹਿਲਾਂ ਓਪਨ ਕਰਾਇਆ ਸੀਗਾ 2015 'ਚ, ਉਹ ਮੇਰਾ ਸਕਸੈਸਫੁਲ ਨਹੀਂ ਰਿਹਾ ਸੀਗਾ, ਅਤੇ ਤਕਲੀਫ ਵੱਧਦੀ ਗਈ ਵੱਧਦੀ ਗਈ, ਤਾਂ ਮੈਨੂੰ ਓਪਨ ਤੋਂ ਡਰ ਲੱਗਿਆ। ਅਤੇ ਯੂਟਿਊਬ 'ਤੇ ਬੱਚੇ ਨੇ ਦੇਖਿਆ ਸੁਰੀ ਬਖਸ਼ੀ ਨੇ, ਉਹ ਕਹਿੰਦਾ ਮੰਮੀ ਜਲੰਧਰ ਚੱਲੋ ਅਤੇ ਇਹ ਡਾਕਟਰ ਸਾਹਿਬ ਨੂੰ ਮਿਲਣਾ, ਅਤੇ ਇੱਥੇ ਤੁਹਾਡਾ ਕਰਾਉਂਦੇ ਹਾਂ। ਓਪਰੇਸ਼ਨ ਤਾਂ ਬਹੁਤ ਅੱਛਾ ਕੀਤਾ ਡਾਕਟਰ ਸਾਹਿਬ ਨੇ, ਕਿ ਮੈਨੂੰ ਪਤਾ ਵੀ ਲੱਗਿਆ ਮੇਰਾ ਓਪਰੇਸ਼ਨ ਹੋਇਆ, ਤਾਂ ਬੇਹੋਸ਼ ਹੋ ਗਈ ਸੀਗੀ ਮੈਂ। ਜਦ ਮੇਰੀ ਅੱਖ ਖੁੱਲ੍ਹੀ ਅਤੇ ਮੈਂ ਸੋਚਿਆ ਫੋਨ ਕਰਨ ਲੱਗੇ, ਮੈਂ ਹੈਰਾਨ ਹੋ ਗਈ ਅਤੇ ਖੁਸ਼ ਹੋ ਗਈ ਕਿ ਨਹੀਂ ਡਾਕਟਰ ਸਾਹਿਬ ਨੇ ਮੇਰਾ ਓਪਰੇਸ਼ਨ ਕਰ ਵੀ ਦਿੱਤਾ। ਅਤੇ ਮੈਂ ਤਾਂ ਭਗਵਾਨ ਦਾ ਨਾਮ ਲੈਣ ਲੱਗੀ, ਸਭ ਨੇ ਕਿਹਾ ਨਹੀਂ ਨਹੀਂ ਹੋ ਗਿਆ ਓਪਰੇਸ਼ਨ ਹੋ ਗਿਆ, ਮੈਂ ਬੜੀ ਖੁਸ਼ ਹੋਈ। ਅਤੇ ਮੈਂ ਸਟਾਫ ਤੋਂ ਵੀ ਬਹੁਤ ਖੁਸ਼ ਹਾਂ, ਡਾਕਟਰ ਸਾਹਿਬ ਤੋਂ ਬਹੁਤ ਖੁਸ਼ ਹਾਂ, ਅਤੇ ਮੈਂ ਰਿਕਵਰੀ ਜਲਦੀ ਮੇਰੀ ਹੋ ਗਈ ਹੈ। ਅਤੇ ਮੈਂ ਸਭ ਨੂੰ ਇਹ ਕਹਾਂਗੀ ਵੀ ਡਾਕਟਰ ਸਾਹਿਬ ਕੋਲ ਆਓ, ਸਟਾਫ ਹੋਸਪਿਟਲ ਇਹਨਾਂ ਕੋਲ ਆਲਵਾਲ ਜੀ ਕੋਲ, ਸਰ ਜੀ ਕੋਲ ਕਰਾਓ ਓਪਰੇਸ਼ਨ, ਅਤੇ ਬਿਲਕੁਲ ਠੀਕ ਠਾਕ ਹੋ ਜਾਓਗੇ। ਥੈਂਕਸ ਡਾਕਟਰ ਸਾਹਿਬ।